मेरी इंक्वायरी करो। मेरा मुंडा पींदा है, मैं मर जी आवाज बैठाई है, मैनू मरन आ गया, सारिया मरन आ गई, सारिया गल पेंदे फिर मेरे। ਤਿਆਰ ਹੈ ਕਿ ਇਨਕੁਆਇਰੀ ਮੈਂ ਕਰ ਤਿਆਰ ਹਾਂ। ਤੇਰੇ ਕੋਠੀ ਤਾਂ ਹੀ ਪਈ ਹੈ, ਐਵੇਂ ਥੋੜਾ ਕੋਠੀ ਪਈ ਹੈ ਦੇ ਵਿੱਚ। ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ। ਦੁਖੀ ਹੈਗੇ? ਦੁਖੀ ਹੈਗੇ ਸਰ? ਦੁਖੀ ਅਸੀਂ ਕੋਈ ਦੁਖੀ ਹੈਗੇ ਨਹੀਂ ਹੈਗੇ। ਇਹਨਾਂ ਨਜਾਇਜ਼ ਪਿੰਡ ਨੂੰ ਬਦਨਾਮ ਕੀਤਾ ਹੋਇਆ, ਸਾਰਾ ਪਿੰਡ ਬਦਨਾਮ ਹੋ ਚੁੱਕਿਆ ਹੈ। ਪੁਲਿਸ ਦਾ ਵੀ ਪਹਿਰਾ ਹੋਣਾ ਚਾਹੀਦਾ ਹੈ, ਸਰਕਾਰਾਂ ਨੂੰ ਵੀ ਇੱਥੇ ਆ ਕੇ ਪਹਿਰਾ ਹੋਵੇ, ਜ਼ਰੂਰ ਹੋਵੇ। ਪੁਲਿਸ ਕਰੇ ਕਾਰ ਵੀ ਜੋ ਕਰਦੀ ਹੈ ਕਰੇ। पिंड दे विच मौजूद आ, खबर कर रहे हैं नशे दी, और आपस दे विच जिस नाल एक इल्जामबाजियां जड़ियां ने हुंदियां नजर आ रही ने, तां ए वीर दे वल्लों क्या कहा जा रहा है कि इन्हां दे ही वल्लों इन्हां दी खास तौर दे उत्ते पिंड दे विच नशा जिहड़ा है। हां ठीक है ना, पहले इहनूं पुछो, ए बुढ़ी आप सिर खुद लैंदी ते मुंडा पींदा है। मेरा मुंडा पींदा, मेरी तां इनक्वायरी होनी चाहीदी। मेरा मुंडा पींदा, मैं मर जी आवाज बठाई है, मैनूं मरन आ गया, सारियां मरन आ गईयां, सारियां गल पेंदे फिर मेरे। नजायज पिंड नूं बदनाम कीता होया, सारा पिंड बदनाम हो चुका है। अज सारे पिंड नूं बदनाम कीता होया, उन्हां दे नां लवे जिन्हां दे वेचदे आ जिहड़े, ठीक है। की माड़ा हाल हैगा ओवरऑल पिंड दे विच? सर हैगा, ठीक है। क्यों नजायज एक घर का की रिश्ता टुट गया, कादे वास्ते टुट गया? वो वेचदे सी कि सिर्फ एक मीडिया दे उपर बनाउन दे करके कुड़ी वालिया ने घर वेख लिया भी इन्हां ने दूजा की ना लेंदे चिट्टा वेचदे पिंड दे विच आ काम हुंदा है, ठीक है। उस टाइम उन्होंने की करिया, चक जवाब दे गए, कुड़ी वालिया नूं जवाब दे गए, कहिंदे कहिंदे भई साडे अज तों बाद साडे कदे ना मुंडे नाल कोई लिंक नहीं हैगा। दसो घर उजड़दे किन्ना दे उजड़ी जांदे आ। ਨਜਾਇਜ਼ ਚਲੋ ਠੀਕ ਹੈ, ਜਿਹੜੇ ਕੰਮ ਕਰਦੇ ਨੇ ਉਹਨਾਂ ਦਾ ਨਾਮ ਲਵੇ। ਇੱਥੇ ਪੁਲਿਸ ਦਾ ਵੀ ਪਹਿਰਾ ਹੋਣਾ ਚਾਹੀਦਾ, ਸਰਕਾਰਾਂ ਨੂੰ ਵੀ ਇੱਥੇ ਆ ਕੇ ਕਰ। ਪੁਲਿਸ ਦਾ ਪਹਿਰਾ ਹੋਵੇ, ਜ਼ਰੂਰ ਹੋਵੇ, ਪੁਲਿਸ ਕਰੇ ਕਾਰ ਵੀ ਜੋ ਕਰਦੀ ਹੈ ਕਰੇ, ਸਾਡਾ ਪਿੰਡ ਸੁਧਰੇ, ਮੈਂ ਕੀ ਠੀਕ ਹੈ ਨਾ ਕਰੇ, ਪਰ ਇਹ ਗੱਲ ਨਹੀਂ ਵੀ ਸਾਰਾ ਪਿੰਡ ਵੇਚਦਾ, ਠੀਕ ਹੈ, ਜਿਹੜਾ ਜਿੰਨਾ ਨਾਂ ਲਵੇ, ਠੀਕ ਹੈ ਨਾ। ਨਜਾਇਜ਼ ਪਿੰਡ ਨਾ ਤੁਹਾਨੂੰ ਬਦਨਾਮ ਕਰੇ ਨਾ, ਨਜਾਇਜ਼ ਪਿੰਡ ਬਦਨਾਮ ਨਾ ਕਰੇ। ਤੁਹਾਨੂੰ ਲੱਗਦਾ ਕਿ ਪਿੰਡ ਦੇ ਵਿੱਚ ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ? ਦੁਖੀ ਹੈਗੇ? ਦੁਖੀ ਹੈਗੇ ਸਰ? ਦੁਖੀ ਅਸੀਂ ਕੋਈ ਦੁਖੀ ਹੈਗੇ ਨਹੀਂ ਹੈਗੇ। ਮੇਰੀ ਗੱਲ ਇਹ ਸੁਣ, ਠੀਕ ਹੈ, ਜਿਹੜੀਆਂ ਬੁੜੀਆਂ ਪੱਤਰਕਾਰਾਂ ਨੂੰ ਸੱਦ ਲੈਂਦੀਆਂ, ਉਹ ਤਾਂ ਸਿਰ ਖੁਦ ਲਿਆ ਕੇ ਉਹਨਾਂ ਦੇ ਪੁੱਤ ਵੇਚੀ ਜਾਂਦੇ, ਬਾਨਾ ਬਣਾ ਲੈਂਦੀ ਵੀ ਸਾਦੇ ਪੁੱਤ ਪੀਂਦੇ ਹੈਗੇ, ਠੀਕ ਹੈ, ਪਹਿਲਾਂ ਵੇਚਦੇ ਰਹੇ, ਤੀਜੇ ਕੁ ਦਿਨ ਪੱਤਰਕਾਰ ਸੱਦ ਲੈਂਦੇ, ਇਹ ਫਿਰ ਇਹਨਾਂ ਦੀ ਇਨਕੁਆਰੀ ਕਿਉਂ ਨਹੀਂ ਹੋ ਸਕਦੀ? ਤੁਸੀਂ ਤਿਆਰ ਹੈਗੇ ਇਨਕੁਆਰੀ? ਇਨਕੁਆਰੀ ਤਿਆਰ ਹਾਂ ਮੈਂ, ਮੇਰੀ ਇਨਕੁਆਰੀ ਮੇਰਾ ਠੀਕ ਹੈ, ਮੇਰਾ ਪੁੱਤਰ ਪੀਂਦਾ, ਇਹਨਾਂ ਲੋਕਾਂ ਕੋਲੋਂ ਲੈ ਕੇ ਵੇਚਦਾ, ਵੇਚੇ ਚਾਹੇ ਇਹਨਾਂ ਦੀ ਸਰਗਰਮਨ ਬਣੇ, ਚਾਹੇ ਉਂਗਲ ਕਰੇ, ਚਾਹੇ ਜੋ ਮਰਜ਼ੀ ਕਰੇ, ਮੈਨੂੰ ਨਹੀਂ ਪਤਾ, ਪਰ ਮੇਰਾ ਸਾਰੀ ਜ਼ਿੰਦਗੀ ਦਾ ਬਣਾ ਦਿਓ, ਜੇ ਇੱਕ ਰੁਪਈਆ ਮੈਂ ਖਾ ਦਵੇ ਤਾਂ ਮੈਨੂੰ ਫਾਂਸੀ ਟੰਗ ਦਵਾਏ, ਫਾਂਸੀ ਲਾ ਦਵਾ ਮੈਨੂੰ, ਮੈਂ ਗੁਰਦੁਆਰਾ ਹੁਣ ਚੜ੍ਹ, ਆ ਜਾ ਆ ਜਾ ਆ ਜਾ ਗੁਰਦੁਆਰਾ, ਮੈਂ ਆ ਜਾ ਗੁਰਦੁਆਰਾ, ਜੇ ਮੈਂ ਇੱਕ ਰੁਪਈਆ ਨਸ਼ੇ ਦਾ ਖਾਦਾ, ਜਾਂ ਮੈਂ ਪੁੱਤਰ ਨੂੰ, ਜੇ ਮੈਂ ਪੁੱਤਰ ਨੂੰ ਕਹਿਆ ਵੀ ਵੇਚ ਤੇ ਮੈਨੂੰ ਗੁਰਦੁਆਰੇ ਮੇਰੇ ਟੋਟੇ ਟੋਟੇ, ਹੁਣੇ ਮੇਰੀ ਇਨਕੁਆਰੀ ਜਿੱਥੇ ਮਰਜ਼ੀ ਕਰਾ ਲਓ, ਇਹ ਮੈਨੂੰ ਮਰਨ ਆ ਗਈਆਂ, ਹੁਣੇ ਆ ਗਈਆਂ, ਗੱਲਬਾਤ ਕਰਨ ਵਾਸਤੇ ਆਏ, ਗੱਲਬਾਤ ਕਰਾਂ, ਪਿੰਡ ਨੂੰ ਕੰਮ ਕਰਨੇ, ਪਿੰਡ ਬਦਨਾਮ ਕਰਨੇ, ਪਿੰਡ ਬਦਨਾਮ ਬਦਨਾਮ ਸਾਰੇ ਕਰਾਂਗੇ, ਛੱਡ ਦਿਓ ਛੱਡ ਦਿਓ, ਨਾ ਛੱਡ ਦੇ, ਤੇਰੇ ਤਾਂ ਕਿੰਨੇ ਵਿਆਹ ਪੈ ਨੇ, ਦੂਜਿਆਂ ਦਾ ਸੋਚ ਲੈ, ਕੋਈ ਡਰ ਨਾ, ਤੁਸੀਂ ਤੁਸੀਂ ਕੋਈ ਗੱਲ ਨਾ, ਤੂੰ ਸੋਚ ਲੈ ਕਾਕੇ, ਆਪਾਂ ਆਪਾਂ ਸਾਡਾ ਆਉਣ ਦਾ ਮਕਸਦ ਇਹ ਸੀ ਕਿ ਪਿੰਡ ਦੇ ਵਿੱਚ ਕੁਝ ਸੁਧਾਰ ਆ ਜਾਵੇ, ਪਿੰਡ ਥੋੜਾ ਬਚ ਜਾਵੇ, ਨੌਜਵਾਨੀ ਬਚ ਜਾਵੇ, ਮੁਲਾਜ਼ਮ ਕਰਨਗੇ, ਠੀਕ ਹੈ, ਪ੍ਰਸ਼ਾਸਨ ਕਰੂਗਾ, ਸਰਦਾਰ ਉਹ ਕਰਨਗੇ, ਇਹ ਕੌਣ ਹੁੰਦੇ ਸੁਧਾਰ ਕਰਨ ਵਾਲੀ? ਸੁਨੇਹਾ ਜਾ ਸਕਦਾ ਸਰਕਾਰਾਂ ਤੱਕ? ਸੁਨੇਹਾ ਲਾਵੇ, ਪਰ ਇਹ ਨਹੀਂ ਵੀ ਨਜਾਇਜ਼ ਕਰੇ ਕਿ ਸਾਰਾ ਪਿੰਡ ਬਦਨਾਮ ਕਰੇ, ਸਾਰਾ ਪਿੰਡ ਨਹੀਂ, ਇਹ ਗੱਲ ਨਹੀਂ ਹੈਗੀ ਕਿ ਸਾਰਾ ਪਿੰਡ ਬੱਚਾ ਬੱਚਾ ਲੱਗਿਆ ਪਿਆ, ਕਿਹਨੇ ਤੁਸੀਂ ਦੱਸੋ ਵੀ ਕੋਈ ਕਿਸੇ ਦਾ ਪਰਿਵਾਰ ਕਰਦਾ, ਸਾਰਾ ਪਿੰਡ ਤੁਸੀਂ ਦੇਖਿਆ ਵੀ ਇਹ ਸਾਰੇ ਪਿੰਡ ਦੇ ਵਿੱਚ ਹੈਗਾ ਵੀ ਵਾਕਈ ਘਰ ਘਰ ਇਹ ਸਮਾਨ ਪਿਆ ਚਿੱਟਾ ਪਿਆ, ਇਹ ਦੇਖਿਆ ਤੁਸੀਂ? ਨਹੀਂ ਨਾ ਦੇਖਿਆ, ਤੇ ਫਿਰ ਇਹ ਕਿਉਂ ਕਹਿ ਰਹੀ ਹੈ ਵੀ ਸਾਰਾ ਪਿੰਡ ਕਰਦਾ, ਸਾਰਾ ਪਿੰਡ ਬੱਚਾ ਬੱਚਾ ਲੱਗਿਆ ਪਿਆ, ਕਾਹਦੇ ਵਾਸਤੇ? ਮੇਰੇ ਤੇ 150 ਗੋਲੀ ਪਾਈ ਹੈ ਇਹਨਾਂ ਨੇ, ਪਵਾਈ ਹੈ ਨਾਲੇ, ਸਾਡੇ ਘਰੇ ਮੀਡੀਆ ਵਾਲੇ ਚ ਵੇਖ ਲੈ ਕੀ ਮਿਲਿਆ, ਇਕੱਲਾ ਸਿਰਫ 10,000 ਰੁਪਈਆ। ਹਾਂ ਗੁਰਦੁਆਰੇ ਚੱਲ, ਗੁਰਦੁਆਰੇ ਚੱਲ, ਤੂੰ ਕਰਨੀ, ਤੇਰਾ ਪੁੱਤਰ ਕਰਦਾ ਹੈਗਾ, ਪੀਂਦਾ ਹੈਗਾ, ਪੀਂਦਾ, ਸਾਡਾ ਤਾਂ ਕੋਈ ਨੀ ਕਰਦਾ, ਤੇਰੀ ਕੋਠੀ ਤਾਂ ਹੀ ਪਈ ਹੈ, ਐਵੇਂ ਥੋੜਾ ਕੋਠੀ ਪਈ ਹੈ, ਸਾਡੀ ਪਾਈਪ ਲਾਈਨ ਪਈ ਹੈ, ਅਸੀਂ ਦੋ ਚਾਰ ਆਪਸ ਸ਼ਾਂਤੀ, ਮੈਂ ਕਹਿੰਦਾ ਆਪਸ ਸ਼ਾਂਤੀ ਬਣੀ ਰਵੇ, ਪਰ ਮੇਨ ਗੱਲ ਇਹ ਹੈਗੀ ਹੈ ਕਿ ਪਿੰਡ ਦੀ ਜਵਾਨੀ ਬਚ ਜਾਵੇ, ਪਿੰਡ ਦੀ ਜਵਾਨੀ ਬਚ ਜਾਵੇ।
ਤਾਂ ਪਿੰਡ ਦੀ ਜਵਾਨੀ ਕਿਵੇਂ ਬਚੂਗੀ ਇਹ ਖਾਸ ਤੌਰ ਦੇ ਉੱਤੇ ਵੱਡਾ ਸਵਾਲ ਹੈ ਔਰ ਪਿੰਡ ਦੇ ਵਿੱਚ ਅਸੀਂ ਮੌਜੂਦ ਸੀ ਇਸੇ ਕਰਕੇ ਇੱਥੇ ਪਹੁੰਚੇ ਸੀ ਕਿਉਂਕਿ ਲਗਾਤਾਰ ਸਮੇਂ-ਸਮੇਂ ਦੀਆਂ ਸਰਕਾਰਾਂ ਦਾਅਵੇ ਵਾਅਦੇ ਜ਼ਰੂਰ ਕਰਦੀਆਂ ਨੇ ਪਰ ਹਕੀਕਤ ਕੀ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਅਸੀਂ ਵੀ ਅਪੀਲ ਕਰਦੇ ਹਾਂ ਔਰ ਸਰਕਾਰ ਨੂੰ ਵੀ ਇਹ ਸਵਾਲ ਜ਼ਰੂਰ ਬਾਰ-ਬਾਰ ਪੁੱਛਦੇ ਹਾਂ ਕਿ ਕਦੋਂ ਨਸ਼ਾ ਖਤਮ ਹੋਵੇਗਾ ਕਦੋਂ ਨਸ਼ੇ ਦੇ ਉੱਤੇ ਲਗਾਮ ਲੱਗੇਗੀ ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ ਬਠਿੰਡਾ।